ਹੈਲੋ ਐਵਰੀਵਨ, ਵੈਲਕਮ ਟੂ ਨਿਊ ਜੋਬ ਅਲਰਟ। ਅੱਜ ਮੈਂ ਹਾਜ਼ਰ ਹੋਇਆ ਨਵੀਆਂ ਅਸਾਮੀਆਂ ਦੀ ਨਵੀਂ ਨੋਟੀਫਿਕੇਸ਼ਨ ਦੇ ਨਾਲ। ਇਹ ਅਸਾਮੀਆਂ ਆਈਆਂ ਹਨ ਜੀ ਉੱਤਰ ਪ੍ਰਦੇਸ਼ ਪੁਲਿਸ ਦੇ ਵਿੱਚ, ਠੀਕ ਹੈ ਜੀ। ਟੋਟਲ ਅਸਾਮੀਆਂ ਨੇ 60,244, ਤਾਂ ਤੁਸੀਂ ਉੱਤਰ ਪ੍ਰਦੇਸ਼ ਦੀ ਪੁਲਿਸ ਦੇ ਲਈ ਅਪਲਾਈ ਕਰ ਸਕਦੇ ਹੋ। ਕੋਈ ਵੀ ਪੰਜਾਬ ਦਾ ਨਾਗਰਿਕ ਹੈ ਅਪਲਾਈ ਕਰ ਸਕਦਾ, ਕਿਉਂਕਿ ਉੱਤਰ ਪ੍ਰਦੇਸ਼ ਵਾਲੇ ਵੀ ਪੰਜਾਬ ਦੇ ਵਿੱਚ ਅਪਲਾਈ ਕਰਦੇ ਨੇ, ਤਾਂ ਤੁਸੀਂ ਵੀ ਅਪਲਾਈ ਕਰ ਸਕਦੇ ਹੋ। ਟੋਟਲ ਪੋਸਟਾਂ ਨੇ ਜੀ 60,244, ਅਤੇ ਤਨਖਾਹ ਮਿਲਣੀ ਹੈ ਤੁਹਾਨੂੰ 21,700, ਜੋ ਕਿ ਪੰਜਾਬ ਪੁਲਿਸ ਤੋਂ ਕਿਤੇ ਜ਼ਿਆਦਾ ਵੱਧ ਹੈ, ਠੀਕ ਹੈ ਜੀ। ਪੰਜਾਬ ਪੁਲਿਸ ਦੇ ਵਿੱਚ 19,900 ਮਿਲਦੀ ਹੈ ਜੀ, ਅਤੇ ਉੱਤਰ ਪ੍ਰਦੇਸ਼ ਪੁਲਿਸ ਦੇ ਵਿੱਚ 21,700 ਤੁਹਾਨੂੰ ਤਨਖਾਹ ਮਿਲਣੀ ਹੈ ਜੀ। ਇਸ ਤੋਂ ਇਲਾਵਾ ਤੁਸੀਂ ਅਪਲਾਈ ਕਰ ਸਕਦੇ ਹੋ 27/12/2023 ਤੋਂ, ਅਤੇ ਲਾਸਟ ਡੇਟ ਹੈ ਜੀ ਅਪਲਾਈ ਕਰਨ ਦੀ 16 ਜਨਵਰੀ 2024। ਇਸ ਦੇ ਲਈ ਜਿਹੜੀ ਫੀਸ ਹੈ ਉਹ ਰੱਖੀ ਗਈ ਹੈ ਜੀ 400 ਰੁਪਿਆ, ਅਤੇ ਜਿਹੜੀ ਏਜ ਲਿਮਿਟ ਹੈ ਤੁਹਾਡੀ ਉਹ 18 ਤੋਂ 22 ਸਾਲ ਦੇ ਵਿੱਚ ਆਉਣੀ ਚਾਹੀਦੀ ਹੈ ਜੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ। ਤਾਂ ਇਸ ਦੇ ਲਈ ਲਿਖਤੀ ਪ੍ਰੀਖਿਆ ਹੋਣੀ ਹੈ ਅਤੇ ਫਿਜ਼ੀਕਲ ਟੈਸਟ ਹੋਣਾ। ਲਿਖਤੀ ਪ੍ਰੀਖਿਆ 300 ਨੰਬਰ ਦੀ ਹੋਣੀ ਹੈ, 150 ਕੁਐਸਚਨ ਆਉਣਾ ਤੁਹਾਨੂੰ, ਜਿਸ ਦੇ ਵਿੱਚ GK ਆਉਣੀ ਹੈ, ਸਮਾਨਯ ਗਿਆਨ, ਅਤੇ ਹਿੰਦੀ ਆਉਣੀ ਹੈ, ਇਸ ਤੋਂ ਇਲਾਵਾ ਮੈਥ ਆਉਣਾ ਅਤੇ ਰੀਜਨਿੰਗ ਆਉਣੀ ਹੈ, ਠੀਕ ਹੈ ਜੀ। ਇਸ ਦੇ ਵਿੱਚ ਅਤੇ ਨੈਗਟਿਵ ਮਾਰਕਿੰਗ ਤੁਹਾਡੀ ਪੇਪਰ ਦੇ ਵਿੱਚ ਹੋਣੀ ਹੈ, ਠੀਕ ਹੈ ਜੀ। ਇਸ ਦੀ ਤੁਸੀਂ ਤਿਆਰੀ ਰੱਖਣੀ ਹੈ ਪੇਪਰਾਂ ਦੀ। ਉਸ ਤੋਂ ਇਲਾਵਾ ਜੇ ਆਪਾਂ ਅੱਗੇ ਗੱਲ ਕਰੀਏ ਹੋਰ ਕੀ ਕੁਝ ਆਉਣਾ, ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਆਪਾਂ ਹਾਈਟ ਦੀ ਦੇਖਦੇ ਹਾਂ, ਤਾਂ ਮੁੰਡਿਆਂ ਦੇ ਲਈ ਹਾਈਟ ਰੱਖੀ ਗਈ ਹੈ ਜੀ 168 ਸੈਂਟੀਮੀਟਰ, ਠੀਕ ਹੈ ਜੀ। ਅਤੇ ਕੁੜੀਆਂ ਦੇ ਲਈ ਜੋ ਹਾਈਟ ਰੱਖੀ ਗਈ ਹੈ ਉਹ ਰੱਖੀ ਗਈ ਹੈ ਜੀ 152 ਸੈਂਟੀਮੀਟਰ, ਅਤੇ ਕੁੜੀਆਂ ਲਈ ਘੱਟੋ ਘੱਟ ਵਜ਼ਨ 40 ਕਿਲੋ ਰੱਖਿਆ ਗਿਆ ਤੁਹਾਡੇ ਵਿੱਚ ਵੀ ਹੋਣਾ ਚਾਹੀਦਾ, ਠੀਕ ਹੈ ਜੀ। ਉਸ ਤੋਂ ਇਲਾਵਾ 79 ਮੁੰਡਿਆਂ ਦੇ ਲਈ ਚੈਸਟ ਰੱਖੀ ਗਈ ਹੈ, ਅਤੇ 84 ਫੁਲਾ ਕੇ ਤੁਹਾਡੀ ਚੈਸਟ ਹੋਣੀ ਚਾਹੀਦੀ ਹੈ, ਯਾਨੀ ਕਿ 5 ਸੈਂਟੀਮੀਟਰ ਤੁਹਾਡੀ ਚੈਸਟ ਨੂੰ ਫੁੱਲਣਾ ਜ਼ਰੂਰੀ ਹੈ ਜੀ, ਠੀਕ ਹੈ ਜੀ। ਅਤੇ ਫਿਜ਼ੀਕਲ ਦੀ ਗੱਲ ਕਰੀਏ 4.8 ਕਿਲੋਮੀਟਰ ਦੌੜ ਹੈ, 25 ਮਿੰਟ ਦਿੱਤੇ ਜਾਣਗੇ ਜੀ। ਅਤੇ ਕੁੜੀਆਂ ਦੇ ਲਈ 2.4 ਕਿਲੋਮੀਟਰ ਦੌੜ ਹੈ, 14 ਮਿੰਟ ਦਿੱਤੇ ਜਾਣਗੇ ਜੀ ਇਸ ਦੌੜ ਦੇ ਲਈ। ਤਾਂ ਡੈਟਸ ਆਲ ਗਾਈਜ਼, ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਧੰਨਵਾਦ।